ਡਾਲਰ ਪੀਜ਼ਾ ਵਾਲਿਆਂ ਦਾ ਉਹ ਚਾਹੇ ਖਡਾਉਣੇ ਵਾਲੀ ਬਦੂ ਉਹ ਲਈ ਫਿਰਦੇ ਸੀ ਤੇ ਉਹਨਾਂ ਤੇ ਪਰਚਾ ਦਿੱਤਾ ਫਿਰ ਤਾਂ ਜਿੰਨੇ ਨਿਆਲੇ ਟਰ 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 ਕਰਦੇ ਫਿਰਦੇ ਆ ਬਦੂਕਾ ਲੈ ਗਏ ਫਿਰ ਕੀ ਸਾਰਿਆਂ ਦੇ ਦੇ ਦੇਣਾ ਤੁਸੀਂ ਪਰਚਾ ਮੈਂ ਜਾਊਂ ਮੇਰੇ ਤੇ ਦਿਓ ਪਰਚਾ ਮੁੜ ਕੇ ਮੈਂ ਜਾਊਂ ਕਚਹਿਰੀ ਤੇ ਮੈਂ ਜੱਜ ਸਾਹਿਬ ਨੂੰ ਪੁੱਛੂ ਆਲ ਮੋਲ ਗਗਨ ਮਾਨ ਦੀ ਫਿਰ ਇਹ ਚ ਪਰਚਾ ਕਦੋਂ ਹੋਣਾ ਇਹ ਖਾਸ ਚ ਆਦਮੀਆਂ ਚੋਂ ਆ ਜਾਂਦੀ ਜਿਨ੍ਹਾਂ ਤੇ ਪਰਚਾ ਕਰਨ ਦੀ ਲੋੜ ਹੈ ਜਿਹੜੇ ਹਲ ਹਲ ਕਰਦੇ ਫਿਰਦੇ ਅਸਲੇ ਨਾਲ ਉਹਨਾਂ ਤੇ ਤਾਂ ਕਾਰਵਾਈ ਕੋਈ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਸ਼ਨੀਵਾਰ ਨੂੰ ਮੁਕੇਰੀਆਂ ਪੁੱਜੇ ਜਿੱਥੇ ਉਹਨਾਂ ਨੇ ਪੰਜਾਬ ਪੁਲਿਸ ਵੱਲੋਂ ਗਨ ਕਲਚਰ ਦੇ ਖਿਲਾਫ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੇ ਸਵਾਲ ਖੜੇ ਕੀਤੇ ਨੇ। ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੂੰ ਕਾਰਵਾਈ ਕਰਨ ਦੇ ਲਈ ਸੋਸ਼ਲ ਮੀਡੀਆ ਤੇ ਬੱਚਿਆਂ ਦੇ ਹੱਥ ਦੇ ਵਿੱਚ ਟੁਆਏ ਗਨ ਵਾਲੀਆਂ ਫੋਟੋਆਂ ਤਾਂ ਨਜ਼ਰ ਆ ਰਹੀਆਂ ਨੇ, ਲੇਕਿਨ ਪੁਲਿਸ ਨੂੰ ਮੰਤਰੀ ਅਨਮੋਲ ਗਗਨ ਮਾਨ ਦੀ ਉਹ ਤਸਵੀਰ ਨਜ਼ਰ ਕਿਉਂ ਨਹੀਂ ਆ ਰਹੀ ਜਿਸ ਵਿੱਚ ਮੈਡਮ ਹਥਿਆਰਾਂ ਦੀ ਨੁਮਾਇਸ਼ ਕਰ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਮਜੀਠੀਆ ਨੇ ਪੰਜਾਬ ਪੁਲਿਸ ਤੇ ਕਿੰਜ ਤੰਜ ਕਸੇ, ਤੁਸੀਂ ਖੁਦ ਹੀ ਸੁਣ ਲਓ। ਦੋ ਚਾਰ ਲੋਕ ਭੜਕਾਊ ਗੱਲਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ, ਪੰਜਾਬ ਨੂੰ ਮਾੜੇ ਹਾਲਾਤਾਂ 'ਚ ਧੱਕਣਾ ਚਾਹ ਰਹੇ ਆ। ਮੈਂ ਠੋਕ ਕੇ ਉਹਨਾਂ ਦੇ ਉਲਟਾ ਜੀ, ਜਿਹੜਾ ਕੋਈ ਚੰਗੀ ਗੱਲ ਕਰੂਗਾ ਅਸੀਂ ਉਹਦਾ ਸਵਾਗਤ ਕਰਾਂਗੇ, ਉਹਦਾ ਧੰਨਵਾਦ ਕਰਾਂਗੇ। ਹੁਣ ਉਹ ਕੀ ਕਹਿੰਦੇ ਕੀ ਨਹੀਂ ਕਹਿੰਦੇ ਮੈਂ ਉਹਨਾਂ ਗੱਲਾਂ 'ਤੇ ਥੋੜ੍ਹੀ ਜਾ ਕੇ ਤੁਹਾਨੂੰ ਜਵਾਬ ਦਿੰਦਾ ਫਿਰੂੰਗਾ। ਹਾਂ, ਮਗਰ ਆਪਦੇ ਪੰਜਾਬੀਅਤ ਵਾਸਤੇ ਜਿੰਨੀ ਮਰਜ਼ੀ ਵੱਡੀ ਕੁਰਬਾਨੀ ਦੇਣੀ ਵੀ ਦੋ ਮਿੰਟ 'ਚ ਦਊਂਗਾ, ਅੱਗੇ ਲੱਗ ਕੇ ਦਊਂਗਾ, ਮਗਰ ਕਿਸੇ ਨੂੰ ਮਾਹੌਲ ਨਹੀਂ ਖਰਾਬ ਕਰਨ ਦੇਣਾ। ਪੰਜਾਬ ਸਰਕਾਰ ਵੱਲੋਂ ਗਨ ਕਲਚਰ ਦੇ ਖਿਲਾਫ ਜਿਹੜੀ ਕਾਰਵਾਈਆਂ ਆਰੰਭੀਆਂ ਗਈਆਂ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ, ਮੈਂ ਤੁਹਾਨੂੰ, ਇਹ ਸਭ ਝੂਠ ਦੀ ਕਾਰਵਾਈ ਹੈ ਜੀ, ਝੂਠਲੀ ਕਾਰਵਾਈ। ਇਸ ਲਈ ਪਰਸੋਂ ਚੌਥੀ ਮੈਂ ਉਜਾਗਰ ਤੁਹਾਡੇ ਕੋਲ ਕੀਤਾ, ਸਭ ਤੋਂ ਪਹਿਲਾਂ ਉਹ ਫੋਟੋ, ਆਹ ਫੋਟੋ ਖਾਈ ਆਪਣਾ ਮੁੰਡਾ ਬੱਲੀ, ਸਭ ਤੋਂ ਪਹਿਲੀ ਉਹ ਫੋਟੋ 10 ਸਾਲ ਦਾ ਨਿਆਣਾ ਜੀ ਤੇ ਪਰਚਾ ਦਿੱਤਾ, ਉਹ ਮੈਂ ਹੀ ਸਾਰਿਆਂ ਦੇ ਅੱਗੇ ਰੱਖੀ ਸੀ। ਉਸ 2015 ਦੀ ਫੋਟੋ ਆ, ਉਹਦੇ ਬਜ਼ੁਰਗ ਦੇ ਕਿਤੇ ਉਹਨੇ ਖਿੱਚ ਲਈ, ਦੱਸੋ ਉੱਤੇ ਕਾਹਦਾ ਪਰਚਾ ਬਣ ਗਿਆ ਜੀ? ਕੀ ਇਹ ਇਸ ਕਲਚਰ ਨੂੰ ਤੁਸੀਂ ਕੀ ਸਾਬਿਤ ਕਰਨਾ ਚਾਹੁੰਦੇ ਬੱਚਿਆਂ ਤੇ ਪਰਚਾ ਦੇ ਕੇ? ਔਰ ਆਹ ਚਲੋ, ਆਹ ਬੱਚੇ ਦੀ ਆਹ ਫੋਟੋ ਹੈ, ਆਹ ਉੱਤੇ ਪੋਸਟ ਹੈ 25 ਸਪਟੈਂਬਰ 2015, ਇੱਥੇ ਪਰਚਾ ਦਿੱਤਾ। ਚਲੋ, ਉਸ ਤੋਂ ਬਾਅਦ ਤੁਸੀਂ ਸਾਰਿਆਂ ਨੇ ਇਹਦਾ ਜ਼ਿਕਰ ਕੀਤਾ, ਓਪੋਜੀਸ਼ਨ ਨੇ ਕੀਤਾ, ਅਤੇ ਇਸ ਗੱਲ 'ਤੇ ਸਰਕਾਰ ਨੂੰ ਆਪਦੀ ਗਲਤੀ ਸੁਧਾਰਨੀ ਪਈ। ਇਸੇ ਤਰ੍ਹਾਂ ਉਹ ਖੁੱਲਰ ਪੀਜ਼ਾ ਵਾਲਿਆਂ ਦਾ, ਉਹ ਵਿਚਾਰੇ ਖਿਡਾਉਣੇ ਵਾਲੀ ਬੰਦੂਕ ਉਹ ਲਈ ਫਿਰਦੇ ਸੀ ਤੇ ਉਹਨਾਂ ਤੇ ਪਰਚਾ ਦਿੱਤਾ, ਫਿਰ ਤਾਂ ਜਿੰਨੇ ਨਿਆਲੇ ਟਰ 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 ਕਰਦੇ ਫਿਰਦੇ ਆ ਬੰਦੂਕਾਂ ਲੈ ਗਏ, ਫਿਰ ਕੀ ਸਾਰਿਆਂ ਦੇ ਦੇ ਦੇਣਾ ਤੁਸੀਂ ਪਰਚਾ? ਸਭ ਮੈਂ ਉਹਨੂੰ ਖੁੱਲਰ ਪੀੜਜੇ ਵਾਲੇ ਨੂੰ ਕਿਹਾ, ਮੈਨੂੰ ਲਿਆ ਕੇ ਮੈਂ ਭਾਊ ਉਹ ਦੇ ਮੈਨੂੰ ਆਪਦੀ ਉਹ ਜਿਹੜੀ ਨਿਆਣੇ ਵਾਲੀ ਉਹ ਤੇਰੇ ਕੋਲ ਗੰਨ ਜੀ ਹੈ, ਮੈਂ ਜਾਊਂ ਮੇਰੇ ਤੇ ਦਿਓ ਪਰਚਾ। ਮੁੜ ਕੇ ਮੈਂ ਜਾਊਂ ਕਚਹਿਰੀ ਤੇ ਮੈਂ ਜੱਜ ਸਾਹਿਬ ਨੂੰ ਪੁੱਛੂ ਕਿ ਜੱਜ ਸਾਹਿਬ ਭਗਵੰਤ ਮਾਨ ਦੀ ਸਰਕਾਰ ਨੇ ਪਰਚਾ ਦਿੱਤਾ ਟੋਏ ਗੰਨ ਦਾ, ਤੇ ਇਕੱਲਾ ਇਹ ਪਹਿਲਾਂ ਤਾਂ ਕਾਨੂੰਨ ਕਿਹੜਾ ਉਹ ਸਮਝਾ ਦਿਓ, ਤੇ ਜੇ ਆਉਣਾ ਫਿਰ ਤਾਂ ਸਾਰੇ ਨਿਆਣੇ ਮੈਨੂੰ ਲੱਗਦਾ ਰਗੜੇ ਜਾਣੇ ਤੁਹਾਡੇ ਸਭ ਦੇ, ਜਿਹੜਾ ਜਾ ਕੇ ਮੇਲੇ 'ਚੋਂ ਲੈ ਲੈਂਦਾ ਹੋਊ। ਔਰ ਇਸੇ ਤਰ੍ਹਾਂ ਆਹ ਮੇਰੇ ਕੋਲ ਇੱਕ ਫੋਟੋ ਭੇਜੀ ਆ ਅਨਮੋਲ ਗਗਨ ਮਾਨ ਦੀ, ਮੰਤਰੀ ਆ, ਤੇ ਮੰਤਰੀ ਲਈ ਕਾਨੂੰਨ ਵੱਖਰਾ ਹੋ ਗਿਆ, ਨਿਆਣੇ ਤੇ ਤੁਸੀਂ ਪਰਚਾ ਦੇ ਦਿੱਤਾ, ਉਹ ਵਿਚਾਰੇ ਜਿਹੜੀ ਮਿਹਨਤ ਕਰਦੇ ਆ ਟੈਕਸ ਪੇਅਰ ਨੇ, ਖੁੱਲਰ ਪੀਜ਼ਾ ਵਾਲੇ, ਉਹਨਾਂ ਤੇ ਦੇ ਦਿੱਤਾ ਤੁਸੀਂ ਪਰਚਾ, ਹੋਰ ਕਈਆਂ ਤੇ ਪਰਚਾ ਦੇ ਦਿੱਤਾ। ਲਾਕ ਡਾਟ ਨਾਲ ਹੁਣ ਇੱਕ ਦੂਜੇ ਤੇ ਸ਼ੁਰੂ ਹੋ ਗਏ ਪਿੰਡਾਂ 'ਚ ਕਿਸੇ ਪੁਰਾਣੀਆਂ ਫੋਟੋਆਂ ਕੱਢ ਕੱਢ ਕੇ, ਆਹ ਇਹ ਜੇ ਕਈ ਨੇ ਉਹ ਦੇ ਆਹ ਅਨਮੋਲ ਗਗਨ ਮਾਨ ਦੀ ਹੈ, ਫਿਰ ਇਹ 'ਤੇ ਪਰਚਾ ਕਦੋਂ ਹੋਣਾ? ਕਿ ਇਹ ਖਾਸ ਆਦਮੀਆਂ 'ਚੋਂ ਆ ਜਾਂਦੀ ਹੈ, ਜਿਨ੍ਹਾਂ 'ਤੇ ਪਰਚਾ ਕਰਨ ਦੀ ਲੋੜ ਹੈ, ਜਿਹੜੇ ਹਲ ਹਲ ਕਰਦੇ ਫਿਰਦੇ ਅਸਲੇ ਨਾਲ, ਉਹਨਾਂ 'ਤੇ ਤਾਂ ਕਾਰਵਾਈ ਕੋਈ ਨਹੀਂ। ਅਤੇ ਜਿਹੜੀ ਜੇਲ੍ਹਾਂ 'ਚ ਬਹਿ ਕੇ ਆਹ ਗੈਂਗਸਟਰ, ਜਿਵੇਂ ਆਹ ਸਤਿੰਦਰ ਜੈਨ ਦੀ ਤੀਜੀ ਚੌਥੀ ਵੀਡੀਓ ਆ ਗਈ ਆ, ਇਹ ਕਹਿੰਦੇ ਅਸੀਂ ਤਾਂ ਜੀ ਖਤਮ ਕਰਤਾ ਜੀ VIP ਕਲਚਰ, ਇਹਨਾਂ ਨੇ ਤਾਂ ਇਹੋ ਜਿਹਾ ਬਦਲਾਵ ਲਿਆਇਆ ਕਿ ਮੈਂ ਕਹਿੰਦਾ ਐਡੀ ਮਾਲਿਸ਼ ਤਾਂ ਅਸੀਂ ਕਦੇ ਦੇਖੀ ਨਹੀਂ। ਅਸੀਂ ਵੀ ਜੇਲ੍ਹ 'ਚੋਂ ਆਏ ਹਾਂ ਭਾਈ, ਸਾਡੇ ਤਾਂ 10-10 ਕਿਲੋ ਭਾਰ ਵੱਧ ਗਿਆ, ਜੈਨ ਨੂੰ ਪਤਾ ਨਹੀਂ ਕੀ ਖਵਾ ਛੱਡਿਆ ਇਹਨਾਂ ਨੇ, ਉਹਦਾ 15 ਕਿਲੋ ਵਧਾ ਛੱਡਿਆ। ਇਸ ਲਈ ਇਹ ਅਸਲੀਅਤ ਇਹ ਆ, ਅੱਜ ਉਹਦੀ ਸੁਪਰੀਟੈਂਡੈਂਟ ਉਹਨੂੰ ਆ ਕੇ ਰਿਪੋਰਟ ਕਰ ਰਿਹਾ ਜੇਲ੍ਹ 'ਚ, ਸਿੱਧੂ ਮੂਸੇ ਵਾਲੇ ਕੇਸ 'ਚ ਜਿੰਨੇ ਇਨਵੋਲਵ ਸੀ, ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਕਿਹੜੀ ਜੇਲ੍ਹ 'ਚੋਂ ਉਹਨਾਂ ਨੇ ਸਾਰਿਆਂ ਨਾਲ ਗੱਲ ਕੀਤੀ ਆ? ਪਲੈਨਿੰਗ ਕਿੱਥੇ ਹੋਈ? ਤਿਹਾੜ ਜੇਲ੍ਹ ਤੋਂ, ਤਿਹਾੜ ਜੇਲ੍ਹ ਦਾ ਮੰਤਰੀ ਕੌਣ ਸੀ? ਸਤਿੰਦਰ ਜੈਨ। ਔਰ ਹੁਣ ਵੀ ਜਿਹੜਾ ਉਹ ਟੀਨੂ ਭੱਜਿਆ ਜਾਂ ਹੋਰ ਜਿਹੜੇ ਭੱਜੇ ਆ, ਸਾਰਿਆਂ ਦੀ ਪਲੈਨਿੰਗ ਹੋਈ ਹੈ, ਉਹ ਫਿਰ ਆਮ ਆਦਮੀ ਪਾਰਟੀ ਦੀ ਜੇਲ੍ਹ ਥੱਲੇ, ਕੀ ਇਹ ਮਾਡਲ ਲਾਗੂ ਕਰਨਾ ਚਾਹੁੰਦੇ ਹੋ? ਝੂਠ ਦਾ ਇਸ ਗੱਲ ਦਾ ਦੁੱਖ ਹੈ। ਔਰ ਅੱਜ ਦੇਖੋ, ਪੰਜਾਬ ਦੇ ਭਾਈਚਾਰਕ ਸਾਂਝ ਨੂੰ ਸੱਟ ਲਾਉਣ ਲਈ ਕੀ ਕੁਛ ਬੋਲਿਆ ਜਾ ਰਿਹਾ,
सीएम की स्टेटमेंट ही कोई नहीं। वो उत्थे नचता फिरदा गुजरात च अपना पंजाब होवे अगे जिहड़ा वो गाणा आप दे लई गाउंदा घर दी शराब होवे उहनूं मुबारक आ, मगर की पंजाब दा फिकर कर लो भाई। ABP सौंझा जोश जज्बा जुनून।